हेलो एवरीवन। सो साडा अज का टॉपिक है कैनेडा 2024 फॉर स्टूडेंट्स। IRCC ने एकदम न्यू रूल्स लैके आई सी GIC ਦੇ ਰਿਗਾਰਡਿੰਗ, ਉਹਨਾਂ ਦਾ ਸਟੂਡੈਂਟ ਫਾਈਲਸ ਤੇ ਵੀਕ ਸਟੂਡੈਂਟ ਫਾਈਲਸ ਤੇ ਕੀ ਇੰਪੈਕਟ ਪਏਗਾ। ਸੋ ਸਾਡੇ ਨਾਲ ਨੇ ਅੱਜ ਅਜੇਪਾਲ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਆਪਾਂ ਡਿਸਕਸ ਕਰਨਾ ਵੀ ਮਤਲਬ ਜੋ IRCC ਨਿਊ ਰੂਲਸ ਲੈ ਕੇ ਆਏ ਨੇ ਸਟੂਡੈਂਟਸ ਦੇ ਲਈ, ਉਹਨਾਂ ਦੀ ਪ੍ਰੋਫਾਈਲਸ ਤੇ ਕੀ ਇੰਪੈਕਟ ਪਏਗਾ, ਕੀ ਵੀਜ਼ਾ ਸਕਸੈਸ ਰਹੇਗਾ, ਸਕਸੈਸ ਰੇਟ ਰਹੇਗਾ ਤੂੰ 2024 ਦੇ ਵਿੱਚ ਸਟੂਡੈਂਟਸ ਦੀ ਫਾਈਲਸ ਲੈ ਕੇ। ਹਾਂਜੀ ਬਿਲਕੁਲ। ਸਭ ਤੋਂ ਪਹਿਲੀ ਗੱਲ ਤਾਂ ਮੈਮ, ਨਵੰਬਰ ਦੇ ਵਿੱਚ ਸਕਸੈਸ ਰੇਟ ਕਾਫੀ ਜ਼ਿਆਦਾ ਅੱਛਾ ਰਿਹਾ। ਬਿਲਕੁਲ। ਸਕਸੈਸ ਰੇਟ ਪਹਿਲੀ ਗੱਲ ਤਾਂ ਆਪਾਂ ਕਿਸ ਚੀਜ਼ ਨੂੰ ਮੰਨਦੇ ਹਾਂ ਕਿ ਬਹੁਤ ਅੱਛੀ ਪ੍ਰੋਫਾਈਲ ਦੀ ਜਦੋਂ ਅੱਛੀ ਫਾਈਲ ਪ੍ਰੈਜੈਂਟੇਸ਼ਨ ਹੋਵੇ ਤਾਂ ਉਸਨੂੰ ਵੀਜ਼ਾ ਮਿਲਦਾ ਹੈ, ਕਿ ਆਪਾਂ ਉਸਨੂੰ ਸਕਸੈਸ ਰੇਟ ਕਹਾਂਗੇ? ਨਹੀਂ, ਉਹ ਇੱਕ ਨੋਰਮਲ ਫਾਈਲਿੰਗ ਹੈ, ਨੋਰਮਲ ਵੀਜ਼ਾ ਹੈ। ਸੋ ਨਥਿੰਗ ਟੂ ਡੂ ਵਿਦ ਦੈਟ ਪਾਰਟ, ਰਾਈਟ? ਸੋ ਵੀਕ ਪ੍ਰੋਫਾਈਲ ਜਿਹਦੀ 2-3 ਵਾਰੀ ਓਬਜੈਕਸ਼ਨ ਨੇ ਅਤੇ ਬੈਂਡ ਸਕੋਰ ਕਾਫੀ ਜ਼ਿਆਦਾ ਲੋ ਹੈ, ਲੋ ਅਕੈਡੈਮਿਕ ਨੇ, ਮਤਲਬ ਜਾਣੇ ਹੈ ਨਹੀਂ ਫਾਈਲ 'ਚ, ਬੱਚਾ ਕਹਿ ਰਿਹਾ ਵੀ ਯਾਰ ਇੱਕ ਵਾਰੀ ਚਾਂਸ ਲਓ ਵੀ ਦੇਖਦੇ ਹਾਂ, ਬਟ ਫਾਈਲਿੰਗ ਦੇ ਵਿੱਚ ਏਜੰਟ ਕੰਸਲਟੈਂਟ ਬੈਸਟ ਕੋਸ਼ਿਸ਼ ਕਰਦਾ ਕੋਰਸ ਅਤੇ ਵਧੀਆ ਅਕੈਡੈਮਿਕ ਨੂੰ ਪ੍ਰੋਪਰ ਡਿਫਾਈਨ ਕਰ ਲਈ ਵੀ ਕਿਉਂ ਸਕੋਰ ਘੱਟ ਆਇਆ, ਅਤੇ ਉਸ ਤੋਂ ਬਾਅਦ ਫਿਰ ਅਗਰ ਵੀਜ਼ਾ ਲੱਗ ਜਾਂਦਾ ਤਾਂ ਉਹ ਸਕਸੈਸ ਰੇਟ ਕਹਿਲਾਉਂਦਾ ਕਿ ਯਾਰ ਵੀਕ ਪ੍ਰੋਫਾਈਲ ਨੂੰ ਵੀਜ਼ਾ ਆ ਗਿਆ, 4-5 ਰਿਜੈਕਸ਼ਨ ਬਾਅਦ ਜੋ ਆਪਣਾ ਵੀ ਸਕਸੈਸ ਰੇਟ ਕਾਫੀ ਜ਼ਿਆਦਾ ਅੱਛਾ ਰਿਹਾ। ਬਿਲਕੁਲ। ਸੋ ਆਪਣਾ ਜੈਨ ਟੇਕ ਦਾ ਇੱਕ ਵੀ 100% ਸਕਸੈਸ ਰੇਟ ਹੈ, ਨਾਟ ਈਵਨ ਅ ਸਿੰਗਲ ਓਬਜੈਕਸ਼ਨ। ਸੋ ਬਾਬਾ ਜੀ ਦੀ ਕਿਰਪਾ ਰਹੀ ਹੈ। ਸੋ 2 ਰਿਜੈਕਸ਼ਨ ਜ਼ਰੂਰ ਆਈਆਂ ਸੀ, ਉਹਨਾਂ ਦਾ ਰੀਅਪਲਾਈ ਕੇਸ ਕਰਕੇ ਵੀਜ਼ਾ ਲੈ। ਸੋ ਇਸੇ ਨੂੰ ਵੀ ਆਪਾਂ ਕਹਾਂਗੇ ਸਕਸੈਸ ਰੇਟ। ਸੋ ਬੱਚਿਆਂ ਕੋਲ 15-18 ਲੱਖ ਬਹੁਤ ਡਿਫੀਕਲਟ ਪਾਉਂਦਾ ਸੀਗਾ, ਫਿਰ ਵੀ 20-22 ਲੱਖ ਦਾ ਖਰਚਾ ਪਹੁੰਚ ਜਾਂਦਾ ਸੀਗਾ, 10 ਕੁ ਲੱਖ ਕਹਿ ਲਓ ਫੀਸ, 6-6.5 GIC ਡਿਪੈਂਡਿੰਗ ਅਪਾਉਂਟ ਦਾ ਡਾਲਰ ਰੇਟ, ਉਹ ਵੀ 7 ਲੱਖ ਤੱਕ ਪਹੁੰਚ ਜਾਂਦੀ, 6-6.5 GIC। ਬਿਲਕੁਲ। ਸੋ ਟਿਕਟ ਵਗੈਰਾ ਕੱਪੜ ਲੀੜਾ, ਸੋ ਹੁਣ ਉਹੀ ਖਰਚਾ ਰਾਤੋਂ ਰਾਤ 6 ਦਸੰਬਰ ਤੋਂ ਪਹਿਲਾਂ। ਮੇਰੇ ਅਕੋਰਡਿੰਗ ਸਰ, IRCC ਨੇ ਇੱਕਦਮ ਇਹ ਸਟੈਪ ਕਿਉਂ ਲਿਆ, ਮਤਲਬ ਇੱਕਦਮ ਹੀ GIC ਡਬਲ ਕਰਤੀ? ਬਹੁਤ ਸਾਰੇ ਸਟੂਡੈਂਟ ਪੈਨਿਕ ਹੋ ਗਏ, ਕਿਉਂਕਿ ਜਿਹੜੇ ਬੱਚੇ ਬਹੁਤ ਮੁਸ਼ਕਿਲ ਨਾਲ ਆਪਣੀ ਫੀਸ ਤੇ ਪਹਿਲਾਂ ਵਾਲੀ GIC ਇਕੱਠੀ ਕਰ ਪਾਉਂਦੇ ਸੀ, ਸੋ ਉਹ ਸਟੂਡੈਂਟ ਹੁਣ ਇੰਨੇ ਕੁ ਜ਼ਿਆਦਾ ਵਰਿਡ ਨੇ, ਮਤਲਬ ਵੀ ਉਹ ਮਤਲਬ ਕਈਆਂ ਨੂੰ ਤਾਂ ਆਪਣਾ ਕੈਨੇਡਾ ਦਾ ਡ੍ਰੀਮ ਕੰਟਰੀ ਚੇਂਜ ਕਰਨੀ ਪਊਗੀ ਇਸ ਅਕੋਰਡਿੰਗ ਮੇਰੇ। ਬਿਲਕੁਲ। ਪਹਿਲੀ ਗੱਲ ਤਾਂ ਆਪਾਂ ਇਹ ਚੀਜ਼ ਸਮਝੀਏ, ਅਗਰ ਕੈਨੇਡਾ ਨੇ ਇਹ ਚੀਜ਼ ਕਰੀ ਹੈ, ਸੋ ਇਸਦਾ ਕੀ ਸਟੂਡੈਂਟ ਦੀ ਪ੍ਰੋਫਾਈਲ 'ਤੇ ਕੋਈ ਲੈਣਾ ਦੇਣਾ ਹੈ? ਦੂਰ ਦੂਰ ਤੱਕ ਕੈਨੇਡਾ ਦੀ ਜੋ ਇਹ IRCC ਵੱਲੋਂ ਜੋ 20,635 ਡਬਲ GIC, ਵੈਸੇ ਨੂੰ ਡਬਲ GIC ਨਾਂ ਨਾਮ ਦਿਓ, ਹੁਣ ਤਾਂ ਇਹ GIC ਹੀ ਹੋ ਗਈ, ਰਾਈਟ? ਹੁਣ 14 ਲੱਖ ਤੁਹਾਨੂੰ ਕੱਢਣਾ ਪੈਣਾ, ਠੀਕ ਹੈ। ਸੋ ਕੀ ਇਸਦਾ ਫਾਈਲਿੰਗ 'ਤੇ ਅਸਰ ਪੈਣਾ ਨਾ ਪੈਣਾ, ਸੋ ਦੈਟਸ ਡਿਫਰੈਂਟ ਪਾਰਟ ਮੈਟਰ ਇਜ਼, ਬਟ ਵੀ ਕੀ ਸਟੂਡੈਂਟ ਲਾਈਫ ਦੇ, ਸਟੂਡੈਂਟ 'ਤੇ ਕੋਈ ਇੰਪੈਕਟ ਹੈ ਇਸ ਚੀਜ਼ ਦਾ? ਸੋ ਨਹੀਂ, ਕਿਉਂਕਿ ਉਹਨਾਂ ਨੇ ਕੋਈ ਸਟੂਡੈਂਟ ਤੋਂ ਨਹੀਂ, ਇਹ ਸਿਰਫ ਇੱਕ ਧੱਕੇਸ਼ਾਹੀ ਹੀ ਆਪਾਂ ਕਹਿ ਲਈਏ, ਉਹਨਾਂ ਨੇ ਜੋ ਮੰਦੀ ਹੈ ਜਿਸ ਕਰਕੇ ਉਹਨਾਂ ਨੂੰ ਪੈਸਾ ਚਾਹੀਦਾ, ਸਟੂਡੈਂਟ ਨਾਲ ਕੋਈ ਲੈਣ ਦੇਣ ਹੀ ਨਹੀਂ ਹੈਗਾ GIC ਵਧਾ ਕੇ, ਕਿਉਂਕਿ 6.5 ਲੱਖ ਵੀ ਬੱਚੇ ਲਈ ਇਨਫ ਸੀਗਾ। ਸੋ ਇਹੀ ਹੈ ਵੀ ਉਹਨਾਂ ਨੂੰ ਪੈਸਿਆਂ ਤੋਂ ਮਤਲਬ ਹੈ, ਜੋ ਉਹਨਾਂ ਦੀ ਮੰਦੀ ਹੈ, ਮੰਦੀ ਆਈ ਹੈ, ਸੋ ਮੰਦੀ ਦਾ ਦੌਰ ਪੂਰਾ ਕਰਨ ਲਈ ਪਹਿਲਾਂ 6.5 ਲੱਖ ਨਾਲ ਵੀ ਕਾਫੀ ਜ਼ਿਆਦਾ ਇਨਕਰੀਜ਼ ਹੋ ਜਾਂਦਾ ਸੀ ਉਹਨਾਂ ਦੀ ਇਕਨੋਮੀ ਆਪਾਂ ਕੰਮ ਕਰਨ ਦੇ ਲਈ, ਰਿਸੈਸ਼ਨ ਨੂੰ ਕਾਬੂ ਕਰਨ ਲਈ, ਓਵਰਕਮ ਲਈ। ਸੋ ਇਹਨਾਂ ਨੇ ਇਹ ਚੀਜ਼ ਕਰੀ ਹੈ। ਸੋ ਨਿੰਦਾਯੋਗ ਤਾਂ ਦੇਖੋ ਹੈ ਹੀ ਕੀ, ਕਿਉਂਕਿ ਬਹੁਤ ਸਟੂਡੈਂਟ ਨੇ ਯਾਰ, ਹਨਾ, ਜਿਨ੍ਹਾਂ ਕੋਲ ਕੈਪੇਬਿਲਿਟੀ ਨਹੀਂ ਹੁੰਦੀ ਇੰਨੇ ਪੈਸੇ, ਕਿਉਂਕਿ ਜਿੰਨਾ ਪੈਸਾ ਹੋਵੇ ਬੱਚਾ ਬਾਹਰ ਜ਼ਰੂਰਤਾਂ ਨੂੰ ਪੂਰੀਆਂ ਕਰਨ ਜਾਂਦਾ। ਸੋ ਇੱਥੇ ਇਸ ਨੂੰ ਮੁੱਖ ਰੱਖ ਕੇ ਹੀ ਆਸਟ੍ਰੇਲੀਆ ਔਖਾ ਹੋਇਆ ਪਿਆ, ਰਾਈਟ? ਸੋ ਫਿਰ ਬੱਚਾ ਕਿੱਥੇ ਜਾਂਦਾ? ਅਮੈਰੀਕਾ ਇੰਟਰਵਿਊ ਬੇਸ ਹੈ, ਅਤੇ ਜਾਂ ਤਾਂ ਬੱਚੇ ਕੋਲ ਡੋਂਕੀ ਰਹੀ, ਯੂਰਪ ਬੱਚਾ ਜਾਣਾ ਨਹੀਂ ਚਾਹੁੰਦਾ, UK ਦੇ ਰੂਲਸ ਬਹੁਤ ਸਖਤ ਨੇ, ਉੱਥੇ ਜਾ ਕੇ ਜਿੰਨਾ ਟਾਈਮ ਤੱਕ ਵਿਆਹ ਨਹੀਂ ਕਰਦਾ, ਕੋਈ ਵਰਕ ਪਰਮਿਟ ਨਹੀਂ ਮਿਲਦਾ, ਉੱਥੋਂ ਉਨਾ ਟਾਈਮ ਜਾ ਕੇ ਪੱਕੇ ਨਹੀਂ ਹੁੰਦੇ। ਸੋ ਉਹ ਵੀ ਜਿਹੜੇ ਵਰਕ ਪਰਮਿਟ ਨੇ, ਉਹ ਜਿਹੜੇ ਹੋਮ ਕੇਅਰ ਵਾਲੇ ਨੇ, ਉਹ ਵੀ ਡਿਸਕਾਰਡ ਕਰ ਦਿੱਤੇ ਗਏ ਨੇ, ਕਿਉਂਕਿ ਜਸ ਬਿਕੋਜ਼ ਆਫ ਫੇਕ ਸਟੂਡੈਂਟ, ਫੇਕ ਡਾਕੂਮੈਂਟੇਸ਼ਨ ਕਰਕੇ। ਸੋ ਇਹ ਚੀਜ਼ ਹੈ। ਸੋ
ਇੰਪੈਕਟ ਤਾਂ ਬਹੁਤ ਪਿਆ, ਜਿਹੜਾ ਜੈਨੂਨ ਬੱਚਾ ਵਿਚਾਰਾ ਉਹ ਬਹੁਤ ਲਟਕੇ ਸੀ। ਬਿਲਕੁਲ, ਮੇਰੇ ਅਕੋਰਡਿੰਗ ਸਰ ਆਈਆਰਸੀਸੀ ਹੈ ਜਿਹੜਾ ਹੁਣ ਫਾਈਲਿੰਗ ਦੇ ਉੱਤੇ ਇੰਨਾ ਧਿਆਨ ਨਹੀਂ ਦੇਗੀ, ਕਿਉਂਕਿ ਉਹਨਾਂ ਨੇ GIC ਡਬਲ ਕੀਤੀ ਆਪਣੇ ਸੈਸ਼ਨ ਨੂੰ ਕਮ ਆਊਟ ਕਰਨ ਲਈ। ਜਿੰਨੇ ਵੀ ਸਟੂਡੈਂਟ ਵੀਕ ਪ੍ਰੋਫਾਈਲ ਵਾਲੇ ਵੀ ਮੈਨੂੰ ਲੱਗਦਾ ਅਪਲਾਈ ਕਰਨਗੇ, ਸੋ ਵੀਜ਼ਾਸ ਦੇ ਚਾਂਸਿਸ ਕੀ ਰਹਿਣਗੇ ਉਹਨਾਂ ਦੇ ਅਕੋਰਡਿੰਗ? ਦੇਖੋ, ਉਹਨਾਂ ਦਾ ਜਿਹੜਾ ਮੇਨ ਮੋਟਿਵ ਹੈ, ਪਹਿਲੀ ਗੱਲ ਤਾਂ ਆਪਾਂ ਇਹ ਚੀਜ਼ ਸਮਝੀਏ, ਦੋ ਪੁਆਇੰਟ ਨੇ ਇਸਦੇ। ਹਾਂਜੀ, ਮੇਨ ਮੋਟਿਵ ਹੈਗਾ ਉਹਨਾਂ ਦਾ ਵੀ ਸਾਡੇ ਕੋਲ ਪੈਸਾ ਆਵੇ ਇੰਡੀਆ। ਬਿਲਕੁਲ, ਠੀਕ ਹੈ, ਬਾਕੀ ਕੰਟਰੀਜ਼ ਦਾ ਵੀ। ਸੋ ਆਪਾਂ ਸਿਰਫ ਇੰਡੀਆ ਬਾਰੇ ਹੀ ਗੱਲ ਕਰਾਂਗੇ, ਆਪਾਂ ਇੰਡੀਆ 'ਚ ਆਉਂਦੇ ਹਾਂ, ਰਾਈਟ। ਸੋ ਇਕੱਲਾ ਪੰਜਾਬ ਹੈ ਨਹੀਂ, ਬਹੁਤ ਸਟੇਟ ਦੇ ਮਤਲਬ ਆਲ ਓਵਰ ਇੰਡੀਆ ਦੇ ਬੱਚੇ ਹੀ ਹੁਣ ਇੱਛੁਕ ਹੋ ਕੇ ਪੜ੍ਹਨਾ, ਹੈ ਨਾ, ਗੁਜਰਾਤ, ਹਰਿਆਣਾ ਸਾਈਡ, ਹੈ ਨਾ, ਉੱਧਰ ਇੰਦੌਰ, ਤਾਮਿਲਨਾਡੂ, ਬਹੁਤ ਲੋਕ ਜਾਣ ਲੱਗੇ, ਆਪਣੇ ਕੋਲ ਆਨਲਾਈਨ ਵੀ ਚੱਲਦੀਆਂ ਨੇ। ਸੋ ਉੱਥੇ ਇੰਪੈਕਟ ਸਿਰਫ ਇਹ ਹੈ ਕਿ ਅੱਛੀ ਪ੍ਰੋਫਾਈਲ ਦਾ ਵੀਜ਼ਾ ਮਿਲੂਗਾ, ਮਿਲੂਗਾ, ਵੀਕ ਪ੍ਰੋਫਾਈਲ 'ਤੇ ਵੀ ਇੰਨਾ ਜ਼ਿਆਦਾ ਉਹ ਨਹੀਂ ਹੋਗਾ, ਕਿਉਂਕਿ IRCC ਜਿਹੜੇ ਆਫਿਸਰਸ ਨੇ ਉਹ ਇੰਨੀ ਤਾਦਾਦ ਨਹੀਂ ਹੈਗੀ ਜਿੰਨੀ ਫਾਈਲਿੰਗ ਦੀ ਹੈ। ਉੱਥੇ ਉਹ ਆਟੋਮੇਟਿਡ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਉਸ ਬੱਚਿਆਂ ਨੂੰ ਜਿਨ੍ਹਾਂ ਦੀ 31 ਦਸੰਬਰ ਤੱਕ ਫਾਈਲਿੰਗ ਲੱਗੀਆਂ ਨੇ, ਕਿਉਂਕਿ ਉਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਇਸਦਾ ਰਿਜੈਕਸ਼ਨ ਰੇਟ ਦੇ ਕੇ ਇਹੀ ਬੱਚੇ ਦੁਬਾਰਾ ਰੀਅਪਲਾਈ ਕਰਨਗੇ। 10-11 ਹਜ਼ਾਰ ਰੁਪਏ ਐਕਸਟਰਾ ਐਮਬੈਸੀ ਫੀਸ ਦਾ ਲੱਗ ਗਿਆ ਜੀ, ਉਸ ਤੋਂ ਬਾਅਦ ਦੁਬਾਰਾ ਉਹਨਾਂ ਦਾ ਸਕਸੈਸ ਰੇਟ ਮੋਰ ਦੈਨ 90-95% ਹੋਊਗਾ, ਆਈ ਥਿੰਕ, ਐਸ ਪਰ ਮਾਈ ਐਕਸਪੀਰੀਅੰਸ, ਕਿ ਉਹਨਾਂ ਦਾ ਡਬਲ GIC ਬੱਚੇ ਨੇ ਪੇ ਕਰ ਦੇਣਾ, ਉਹਨਾਂ ਨੇ ਸਿਰਫ ਉਹੀ ਜਿਹੜਾ ਬੱਚਾ ਕਹਿੰਦਾ ਯਾਰ ਵੀ ਕੋਈ ਗੱਲ ਨਹੀਂ, ਚਲੋ ਭਾਈ ਰਿਜੈਕਸ਼ਨ ਆ ਗਈ, ਕੋਈ ਗੱਲ ਨਹੀਂ, ਦੁਬਾਰਾ ਰੀਅਪਲਾਈ ਕਰਨਾ। ਹਾਂ, ਉੱਥੇ ਕੋਈ ਵੀਕ ਪ੍ਰੋਫਾਈਲ ਨੂੰ ਵੀ ਮਿਲੂਗਾ ਵੀਜ਼ਾ, ਜਿਨ੍ਹਾਂ ਦੀ ਪਲੱਸ 2 ਬੇਸ ਤੇ ਲਾ ਲਓ 55-56 ਸਕੋਰ ਨੇ PTA ਦੇ, SGS ਕੈਟਾਗਰੀ ਹੋਵੇ ਅੱਛੀ ਚੀਜ਼, ਅਗਰ ਨਾਨ SGS ਵੀ ਹੈ ਬਿਲਕੁਲ ਮਰੀਆਂ ਫਾਈਲਾਂ ਨੂੰ ਵੀ ਜਿਸ ਐਕੈਡਮਿਕ ਵੀਜ਼ਾ ਦਊਗਾ, ਕਹਿੰਦੇ ਦਊਗਾ, ਮੀਨਸ ਉਹ ਬੱਚਿਆਂ ਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ ਜਿਨ੍ਹਾਂ ਦੇ ਅਕੈਡੈਮਿਕਸ ਲੋ ਨੇ ਬਟ ਉਹਨਾਂ ਦਾ IELTS ਜਾਂ PT ਸਕੋਰ ਅੱਛਾ ਹੈ, ਜਾਂ ਕਿਸੇ ਦਾ PT ਜਾਂ IELTS ਸਕੋਰ ਗੁੱਡ ਆ ਤੇ ਮਤਲਬ ਗੁੱਡ ਨਹੀਂ ਹੈਗਾ ਤੇ ਜਿਹੜਾ ਉਹਨਾਂ ਦਾ ਅਕੈਡੈਮਿਕ ਹੈ ਗੁੱਡ ਆ, ਸੋ ਉਹਨਾਂ ਨੂੰ ਉਹ ਪ੍ਰੋਫਾਈਲਸ ਨੂੰ ਵੀਜ਼ਾ ਈਜ਼ੀਲੀ ਗ੍ਰਾਂਟ ਕਰਨਗੇ। ਬਟ ਮੇਨ ਪੁਆਇੰਟ ਇੱਥੇ ਇਹ ਹੈ, ਜਦੋਂ ਤੁਸੀਂ ਸ਼ੋ ਕਰਦੇ ਹੋ ਵੀ ਤੁਹਾਡੇ ਕੋਲ 18-20 ਲੱਖ ਸਪੋਰਟ ਐਫੀਡੈਵਿਟ ਸ਼ੋ ਕਰਦੇ ਆ ਕਿ ਮਦਰ ਦੇ ਖਾਤੇ 'ਚੋਂ ਪੈਸੇ ਨੇ, ਫਾਦਰ ਦੇ ਖਾਤੇ 'ਚੋਂ ਪੈਸੇ ਨੇ, ਹੁਣ GIC ਵੱਧ ਗਿਆ 30-32 ਲੱਖ ਤੱਕ ਪਹੁੰਚ ਗਿਆ, ਤਾਂ ਇੰਨਾ ਪੈਸਾ ਕਿੱਥੋਂ ਆਇਆ, ਕਿੱਥੋਂ ਆਇਆ? ਤਾਂ ਇਹ ਵੀ ਇੱਕ ਚੀਜ਼ ਰਹੂਗੀ ਕਿ ਬੱਚਾ ਕੀ ਸ਼ੋ ਕਰੂਗਾ, ਪੈਸਾ ਕਿੱਥੋਂ ਆਇਆ। ਬਿਲਕੁਲ, ਉਹ ਆਪਣੇ ਮਤਲਬ ਜਿਵੇਂ ਪੈਟਰਨਲ ਫੈਮਿਲੀ ਦੇ ਵਿੱਚੋਂ ਕੀ ਹੈ, ਮਤਲਬ ਚਾਚਾ ਦਾਦਾ ਦਾਦੀ ਚਾਚਾ ਤਾਇਆ ਭੂਆ ਜੀ ਵਗੈਰਾ ਦੇ ਆਪਣੇ ਫੰਡਸ ਵਗੈਰਾ ਸ਼ੋ ਕਰਕੇ ਹੀ ਮਤਲਬ ਮਨੀ ਸ਼ੋ ਕਰ ਸਕਦੇ ਨੇ। ਫਾਈਲਿੰਗ ਇੱਥੇ ਮੇਨ ਕੀ ਪੁਆਇੰਟ ਹੋਊਗਾ, ਮੇਨ ਕੀ ਪੁਆਇੰਟ ਬੱਚੇ ਵੱਲੋਂ ਤਾਂ ਸਿਰਫ ਪੈਸਾ ਹੋਊਗਾ, ਫਾਈਨੈਂਸ਼ੀਅਲ ਨੂੰ ਪ੍ਰੋਪਰ ਜਸਟੀਫਿਕੇਸ਼ਨ ਦੇਣੀ ਪਊਗੀ ਏਜੰਟ ਨੂੰ, ਤੇ ਪ੍ਰੋਪਰ ਫਾਈਲਿੰਗ ਹੋਣੀ ਚਾਹੀਦਾ। ਵੀਜ਼ਾ ਸਕਸੈਸ ਰੇਟ ਕਾਫੀ ਜ਼ਿਆਦਾ ਇਨਕਰੀਜ਼ ਹੋਊਗਾ ਸਾਰੇ 2023 'ਚ, ਜੋ ਸਕਸੈਸ ਰੇਟ ਨਹੀਂ ਵਧਿਆ ਇਹ 2024 ਦੇ ਸਟਾਰਟਿੰਗ 'ਚ, ਆ ਤਿੰਨ ਚਾਰ ਮਹੀਨਿਆਂ ਦੇ ਵਿੱਚ ਮੈਕਸੀਮਮ 4 ਮਹੀਨਿਆਂ 'ਚ, ਸੋ ਅੰਦਾਜ਼ਾ ਹੈ। ਸੋ ਇਹ ਅਨੁਮਾਨ ਕਾਫੀ ਜ਼ਿਆਦਾ ਸਟਰੋਂਗ ਹੈ, ਮੋਰ ਦੈਨ 90% ਸਕਸੈਸ ਰੇਟ ਅੱਛਾ ਰਹੂਗਾ, ਬਟ ਫਾਈਨੈਂਸ਼ੀਅਲ ਨੂੰ ਪ੍ਰੋਪਰ ਇਸ ਚੀਜ਼ ਨੂੰ, ਹਨਾ ਵੀ ਮਤਲਬ ਉਹ ਕੰਪੈਟੀਬਲ ਹੋ ਜਾਏ, ਪ੍ਰੋਪਰ ਜਸਟੀਫਾਈਡ ਹੋ ਸਕੇ ਉਹ ਚੀਜ਼ਾਂ ਕਿ ਫਾਈਨੈਂਸ਼ੀਅਲ ਬੱਚੇ ਕੋਲ ਇਹਨਾਂ ਦੇ ਇਹਨੇ ਪੈਸਾ ਕਿੱਥੋਂ ਆਏ, ਤਾਂ ਬੱਚਾ ਰੀਅਪਲਾਈ ਕਰ ਸਕਦਾ ਤੇ ਵੀਕ ਪ੍ਰੋਫਾਈਲ ਵੀ ਇੱਕ ਵਾਰੀ ਕੈਨੇਡਾ ਜ਼ਰੂਰ ਅਪਲਾਈ ਕਰ ਸਕਦਾ। ਹਾਂਜੀ, ਸੋ ਸਟੂਡੈਂਟਸ ਤੁਹਾਨੂੰ ਵਰੀ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਥੈਂਕ ਯੂ ਸੋ ਮਚ ਸਰ, ਸਟੂਡੈਂਟਸ ਨੂੰ ਗਾਈਡ ਕਰਨ ਦੇ ਲਈ। ਥੈਂਕ ਯੂ ਸੋ ਮਚ।